ਮੇਰਾ ਭਤੀਜਾ ਜੀ ਟਾਲੀ ਤੋਂ ਵਿਆਹ ਵੇਖ ਕੇ ਵਾਪਸ ਆਉਂਦੇ ਆ ਸੀ ਜੀ, ਆਪਣੇ ਭੂਆਈ ਦਾ ਬੇਟੇ ਦਾ ਰਾਤ ਨੂੰ ਛੱਡੇ ਕਿ ਲਓ, ਅਤੇ ਆਪਣੀ ਵੱਖਰੀ ਗੱਡੀ 'ਚ ਸਾਡੇ ਅੱਗੇ ਸੀ, ਅਸੀਂ ਪਿੱਛੇ ਆ ਰਹੇ ਹਾਂ ਹਲੇ, ਅਤੇ ਇੰਡੀਆ ਗੇਟ ਤੋਂ ਗੱਡੀ ਆ ਰਹੀ ਸੀ ਫੌਜੀਆਂ ਦੀ ਜਿਪਸੀ, ਜਿਨ੍ਹਾਂ ਨੇ ਯਕਦਮ ਅੱਗੇ ਕਰਤੀ ਗੱਡੀ, ਅਤੇ ਗੱਡੀ ਰੋਡ ਦੇ ਉੱਤੇ ਤੇਜ਼ ਹੋਣ ਦੇ ਕਾਰਨ ਜਿਹੜੀ ਜਾ ਕੇ ਸਿੱਧੀ ਵਿੱਚ ਵੱਜੀ ਆ, ਬਿਲਕੁਲ ਉਹਨਾਂ ਨੇ ਗਾੜੀ ਅੱਗੇ ਖੜੀ ਕਰਤੀ ਹੈ ਗੱਡੀ, ਗਲਤੀ ਜਿਹੜੀ ਹੈ ਫੌਜੀਆਂ ਦੀ ਹੈਗੀ ਆ, ਅਤੇ ਕੰਪਲੇਂਟ ਅਸੀਂ ਕੀਤੀ ਆ ਇੱਥੇ ਆਪਣੇ ਖਾਲਸਾ ਚੌਂਕੀ, ਅਤੇ ਇੰਚਾਰਜ ਸਾਹਿਬ ਕਹਿੰਦੇ ਆ ਵੀ ਦੇਖਦੇ ਹਾਂ ਦੋਨਾਂ ਦੇ ਕਰੋਸ ਪਰਚਾ ਜਿਹੜਾ ਵਾ ਕਰ ਦਿੰਦੇ ਹਾਂ, ਪਰ ਇੱਥੇ ਸਾਡਾ ਇਨਸਾਫ ਨਹੀਂ ਹੋ ਰਿਹਾ, ਗਲਤੀ ਫੌਜੀਆਂ ਦੀ ਆ ਪਰਚਾ ਸਾਡੇ ਲਈ। ਹਾਂਜੀ ਸਰ, ਤੁਹਾਡਾ ਨਾਮ? ਮੇਰਾ ਨਾਮ ਦਲਜੀਤ ਸਿੰਘ ਜੀ। ਬਲਜੀਤ ਸਿੰਘ ਜੀ, ਕੀ ਗੱਲ ਹੋਈ ਆ ਐਕਸੀਡੈਂਟ ਹੋਇਆ? ਦਲਜੀਤ ਸਿੰਘ ਦਲਜੀਤ ਜੀ, ਕੀ ਗੱਲ ਹੋਈ ਆ? ਇਹ ਜੀ, ਮੇਰਾ ਭਤੀਜਾ ਜੀ ਟਾਲੀ ਤੋਂ ਵਿਆਹ ਵੇਖ ਕੇ ਵਾਪਸ ਆਉਂਦੇ ਆ ਸੀ ਜੀ, ਆਪਣੇ ਭੂਆਈ ਦਾ ਬੇਟੇ ਦਾ ਰਾਤ ਨੂੰ ਛੱਡੇ ਕਿ 9 ਵਜੇ, ਅਤੇ ਆਪਣੀ ਵੱਖਰੀ ਗੱਡੀ 'ਚ ਸਾਡੇ ਅੱਗੇ ਸੀ, ਅਸੀਂ ਪਿੱਛੇ ਆ ਰਹੇ ਹਲੇ, ਅਤੇ ਇੰਡੀਆ ਗੇਟ ਤੋਂ ਗੱਡੀ ਆ ਰਹੀ ਸੀ ਫੌਜੀਆਂ ਦੀ ਜਿਪਸੀ, ਜਿਨ੍ਹਾਂ ਨੇ ਯਕਦਮ ਅੱਗੇ ਕਰਤੀ ਗੱਡੀ, ਅਤੇ ਗੱਡੀ ਰੋਡ ਦੇ ਉੱਤੇ ਤੇਜ਼ ਹੋਣ ਦੇ ਕਾਰਨ ਜਿਹੜੀ ਜਾ ਕੇ ਸਿੱਧੀ ਵਿੱਚ ਵੱਜੀ ਆ, ਬਿਲਕੁਲ ਉਹਨਾਂ ਨੇ ਗਾੜੀ ਅੱਗੇ ਖੜੀ ਕਰਤੀ ਹੈ ਗੱਡੀ, ਗਲਤੀ ਜਿਹੜੀ ਹੈ ਫੌਜੀਆਂ ਦੀ ਹੈਗੀ ਆ, ਅਤੇ ਦੇਖੀ ਨਹੀਂ ਪਿੱਛੋਂ ਗੱਡੀ ਰੋਡ ਤੋਂ ਸਪੀਡ ਦੇ ਨਾਲ ਆਉਂਦੇ ਹੀ ਆ, ਜਿਹਦੇ ਨਾਲ ਗੱਡੀ ਦਾ ਬਹੁਤ ਜ਼ਿਆਦਾ ਡੈਮੇਜ ਹੋ ਗਈ ਆ, ਅਤੇ ਸਾਡੇ ਭਤੀਜੇ ਦੇ ਅੱਲਾਪ੍ਰੀਤ ਸਿੰਘ ਦੇ ਵੀ ਜ਼ਿਆਦੀਆਂ ਸੱਟਾਂ ਲੱਗੀਆਂ ਹੋਈਆਂ ਬਹੁਤ ਜ਼ਿਆਦੀਆਂ, ਜਿਹਦੀਆਂ ਐਕਸਰੇ ਵਗੈਰਾ ਉਹਦੇ ਹੋਏ ਆ, ਅਤੇ ਕੰਪਲੇਂਟ ਅਸੀਂ ਕੀਤੀ ਆ ਇੱਥੇ ਆਪਣੇ ਖਾਲਸਾ ਚੌਂਕੀ, ਅਤੇ ਇੰਚਾਰਜ ਸਾਹਿਬ ਕਹਿੰਦੇ ਆ ਵੀ ਦੇਖਦੇ ਹਾਂ ਦੋਨਾਂ ਦੇ ਕਰੋਸ ਪਰਚਾ ਜਿਹੜਾ ਵਾ ਕਰ ਦਿੰਦੇ ਹਾਂ, ਪਰ ਇੱਥੇ ਸਾਡਾ ਇਨਸਾਫ ਨਹੀਂ ਹੋ ਰਿਹਾ, ਗਲਤੀ ਫੌਜੀਆਂ ਦੀ ਆ ਪਰਚਾ ਸਾਡੇ ਲਈ ਹੋ ਰਿਹਾ ਵਾ। ਤੁਹਾਡੀ ਹੁਣ ਕੀ ਮੰਗ ਆ ਪੁਲਿਸ? ਸਾਡੇ ਇਹ ਆ ਵੀ ਸਾਡੀ ਗੱਡੀ ਸਹੀ ਕਰਾ ਦਿੱਤੀ ਜਾਵੇ, ਸਾਡੇ ਲਾਪੀ ਦਾ ਜੋ ਵੀ ਹਸਪਤਾਲ ਵਿੱਚ ਪਰਚਾ ਲੱਗਾ ਵਾ ਉਹ ਦਿੱਤਾ ਜਾਵੇ। ਧੰਨਵਾਦ। ਹਾਂਜੀ ਸਰ, ਜਿਹੜੀ ਆ ਦੋ ਗੱਡੀ ਦੀ ਟੱਕਰ ਹੋਈ ਆਰਮੀ ਵਾਲਿਆਂ 'ਚ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਹਾਲ ਦੀ ਘੜੀ ਐਫ ਆਈ ਆਰ ਉਹਨੇ ਅਰਸਾਂ ਦੀ ਇੰਟੀਮੇਸ਼ਨ 'ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ, ਅਤੇ ਦੋਵਾਂ ਮਜ਼ਦੂਰ ਜੋ ਜ਼ਖਮੀ ਉਹਨਾਂ ਦੇ ਬਿਆਨ ਲਏ ਜਾ ਰਹੇ ਆ, ਆਰਮੀ ਵਾਲੇ ਡਰਾਈਵਰ ਦੇ ਵੀ ਅਤੇ ਪ੍ਰਾਈਵੇਟ ਅਲਾਪਰੀ ਦੇ ਵੀ ਲਏ ਜਾ ਰਹੇ ਆ, ਅਤੇ ਕਰੋਸ ਪਰਚਾ ਇਹਨਾਂ ਦਾ ਕਰ ਦਿੱਤਾ ਜਾਵੇ ਤਬਦੀਲ ਦੌਰਾਨ ਤਫਤੀਸ਼। ਸਰ, ਇੱਕ ਚਿਰ ਸਿਵਲੀਅਨ ਧਿਰ ਦਾ ਕਹਿਣਾ ਕਿ ਜਿਹੜੀ ਉਹ ਆਰਮੀ ਵਾਲਿਆਂ ਗਲਤ ਸਾਈਡ ਤੋਂ ਲਿਆ ਕੇ ਗੱਡੀ ਉਹਨਾਂ 'ਚ ਮਾਰੀ ਆ, ਅਤੇ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ, ਅਤੇ ਉਹਨਾਂ ਦਾ ਤਫਤੀਸ਼ ਕੀਤੀ ਜਾ ਰਹੀ ਹੈ, ਦੋਵਾਂ ਦੇ ਬਿਆਨ ਹਾਜ਼ਰ ਕਰਕੇ ਜਿਹੜੀ ਬਣਦੀ ਕਾਰਵਾਈ ਉਹ ਲੈਂਦੀ, ਜਿਹੜੀ ਧਿਰ ਦੀ ਗਲਤੀ ਹੋਈ ਉੱਥੇ ਪਰਚਾ ਹੋਏਗਾ ਕਿ ਕਰੋਸ ਹੋਏਗਾ? ਕਰੋਸ ਹੋਏਗਾ, ਦੋਨਾਂ ਦੀ ਗਲਤੀਆਂ ਦੋਨਾਂ ਡੈਮੇਜ ਹੋ ਗਈਆਂ, ਕਰੋਸ ਹੋਏਗਾ। ਧੰਨਵਾਦ।